ਹੁਣ ਮੈਂ ਸਾਡੇ ਅਗਲੇ ਸਤਿਕਾਰਯੋਗ ਮੈਂਬਰ ਸਰਦਾਰ ਦਿਆਲ ਸਿੰਘ ਜੀ ਬਰਾੜ ਵੱਲੋਂ ਬੇਨਤੀ ਕਰਾਂਗਾ ਕਿ ਉਹ ਸਟੇਜ 'ਤੇ ਆਓ। ਸਰਦਾਰ ਦਿਆਲ ਸਿੰਘ ਜੀ ਬਰਾੜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕੱਲ੍ਹ ਪਰਸੋਂ ਕੇਸਰ ਦੀ ਕਿਤਾਬ ਪੜ੍ਹਦਾ ਸੀ, ਆਪਣੇ ਜਿਹੜੇ ਬੰਦੇ ਇੱਥੋਂ ਬਾਹਰੋਂ ਗਏ ਆ ਬੜੇ ਸੂਰਮੇ ਯੋਧੇ, ਜਿਹਨਾਂ ਨੂੰ ਸਾਰਿਆਂ ਨੇ ਛੋਟੀ ਉਮਰ ਦਾ ਸਰਟੀਫਿਕੇਟ ਦਾ ਬੰਦਾ ਸੀ, ਬੜੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ। ਆਪਾਂ ਗੱਲ ਕੁਰਬਾਨੀਆਂ ਦੀ ਕਰਦੇ ਹਾਂ। ਸ਼ਹੀਦ ਕੌਮਾਂ ਦੇ ਕਰਨ ਕੌਮਾਂ ਦਾ ਨਾਮ ਚਾ, ਸ਼ਹੀਦ ਕੌਮਾਂ ਦੇ ਕਰਨ ਕੌਮਾਂ ਦਾ ਨਾਮ ਚਾ, ਉਹ ਸਹਾਦਤਾਂ ਬਾਜੋ ਨਹੀਂ ਕੌਮ ਸਲਾਹੀ ਜਾਂਦੀ, ਸੀਸ ਦੇ ਕੇ ਕਰਨੇ ਪੈਂਦੇ ਸਿਰਕ ਪੂਰੇ, ਕੁਰਬਾਨੀ ਬਿਨਾਂ ਨਹੀਂ ਜਬਰ ਨੂੰ ਨੱਤ ਪਾਈ ਜਾਂਦੀ। ਉਹ ਕੌਮ ਕੁਰਬਾਨ ਹੈ ਜਿਸ ਕੌਮ ਦੇ ਨਾ ਮੌਤ ਤੋਂ ਮੂੰਹ ਮੋੜਨ, ਪੰਡ ਗੁਲਾਮੀ ਦੀ ਉਹਨਾਂ ਕੌਮਾਂ ਸਿਰੋਂ ਲਾਹੀ ਜਾਂਦੀ। ਉਹ ਰਜਾ ਪਿਆਰੇ ਦੀ ਜਿੰਨਾ ਕਬੂਲ ਕੀਤੀ, ਵਾਰ ਉਹਨਾਂ ਦੇ ਨਾਵਾਂ ਦੀ ਮਾਨ ਗਾਈ ਜਾਂਦੀ, ਵਾਰ ਉਹਨਾਂ ਦੇ ਨਾਵਾਂ ਦੀ ਮਾਨ ਗਾਈ। ਸੀਮ ਸੁਣੋ ਵੀਰੋ ਗੱਲ ਆਸ਼ਕਾਂ ਦੀ, ਸੀਮ ਸੁਣੋ ਸੁਣੋ ਵੀਰੋ ਗੱਲ ਆਸ਼ਕਾਂ ਦੀ, ਉਹ ਜਿਹਨਾਂ ਜ਼ੁਲਮ ਦੇ ਨਾਮ ਤੋਂ ਜਾਨ ਮਾਰੀ ਉਹਨਾਂ ਮੌਤ ਦਾ ਜਾਮ ਕਬੂਲ ਕੀਤਾ, ਐ ਪਰ ਸਾਲ ਦੀ ਦਲਵਾਰੀ ਮੂਲ ਹਾਰੀ। ਉਹ ਗੁਰੂ ਜਦ ਕਦੋਂ ਉਹਨਾਂ ਨੂੰ ਬਖਸ਼ ਲੈਂਦਾ, ਗੁਰੂ ਜਦ ਕਦੋਂ ਉਹਨਾਂ ਨੂੰ ਬਖਸ਼ ਲੈਂਦਾ, ਦੁੱਖ ਦੇ ਕੇ ਸੁੱਖ ਦੀ ਕਰੇ ਤਿਆਰੀ। ਹਰਦਿਆਲ ਸਿੰਘ ਜਰਾ ਜੋ ਉਸਦੇ ਹੋ ਰਹੀ ਉਹ ਸੰਗ ਪੈਂਦੀ ਆ, ਉਸਨੂੰ ਬੜੀ ਭਾਰੀ ਸੰਗ ਪੈਂਦੀ ਆ, ਉਸਨੂੰ ਇਸ ਮਹਿਕ ਦੇ ਟਹਿਕ ਜੇ ਜਗ ਅੰਦਰ। ਹਰ ਬੰਦੇ ਦੀ ਜੀਵ ਕਹਾਣੀ, ਉਹ ਕਿਤੇ ਗੁਰੂ ਦੀ ਮੱਤ ਕਿਤੇ ਮਨ ਦੀ ਮਤੀ, ਅਤੇ ਵਿਵੇਕ ਕੇ ਹੁੰਦੀ ਹੈਰਾਨੀ। ਰਾਸ ਆਏ ਨਾ ਉਹਦੀ ਰਜਾ ਬਿਨਾ, ਉਹ ਖਾਕ ਵੜਿਆ ਲੋਕਾਂ ਇੱਥੇ ਛਾਣੀ। ਜਿਹੜੇ ਉਹਦੇ ਰੰਗ 'ਚ ਰੰਗੇ ਗਏ, ਮੌਜ ਮਸਤ ਮਲੰਗਾ ਵੀ ਮਾਣੀ ਹੈ। ਉਹ ਸਾਰੇ ਕੂੜ ਦੇ ਟੰਬਰ ਵੜਿਆ ਨੇ, ਖੁਦਾ ਨੂੰ ਪੁੱਟ ਕਰਦੇ ਨਦਾਨੀ ਆ। ਜੋ ਬੰਦਾ ਸੋਚ ਤੇ ਵਿਚਾਰ ਕੇ ਚੱਲਦਾ ਨਹੀਂ, ਉਹ ਮਨ ਮੱਤਿਆਂ ਮੂੰਹ ਦੀ ਹਮੇਸ਼ਾ ਖਾਣੀ ਹੈ। ਜਿਸਨੇ ਗੱਲ ਕਿਸੇ ਕੰਢੇ ਲਾਣੀ ਨਹੀਂ, ਤੇ ਫੇਰ ਨਹੀਂ ਪਾਣੀ ਵਿੱਚ ਵਧਾਣੀ ਹੈ। ਉਹ ਜਿਸਨੇ ਖੁਦ ਨੂੰ ਅੰਦਰੋਂ ਪਛਾਣਿਆ ਨਾ, ਸੋ ਜਗ੍ਹਾ ਮਧੂ ਨੇ ਉਹ ਨਿਆਣੀ ਆ। ਮਾਨ ਕਦੇ ਉਹ ਬਖਸ਼ਿਆ ਜਾਣਾ ਨਹੀਂ ਜੋ ਸਫਲਤਾ ਕਿਸੇ ਦੇ ਵਿੱਚ ਮਾਰਦਾ ਪਾਣੀ। ਉਹ ਕਿਰਤ ਕਾਣਾ ਜਿਹਾ ਕੋਈ ਹੋ ਸਕਦਾ, ਕਿਰਤ ਕਾਣਾ ਜਿਹਾ ਕੋਈ ਹੋ ਸਕਦਾ, ਕਰਦਾ ਕੁਰਬਾਣੀ ਜੋ ਗਲਤ ਬਿਆਨੀ ਹੈ। ਸਾਧ ਸੰਗ 'ਚ ਮਾਨ ਜੋ ਜੁੜ ਪੈਂਦਾ, ਸਾਧ ਸੰਗ 'ਚ ਮਾਨ ਜੋ ਜੁੜ ਪੈਂਦਾ, ਉਹ ਧਰਮਵੇਸਾ ਉਹਦਾ ਬੜਾ ਸਰਾਣੀ ਹੈ, ਧਰਮਵੇਸਾ ਉਹਦਾ ਬੜਾ ਸਰਾਣੀ ਹੈ, ਧਰਮਵੇਸਾ ਉਹਦਾ ਬੜਾ ਸਰਾਣੀ।